ਅੱਜ ਦਾ ਇਹ ਵਲੌਗ ਬੜਾ ਸ਼ਾਨਦਾਰ ਹੈ ਖਾਸ ਗੱਲ ਇਹ ਹੈ ਕਿ ਕੁਦਰਤ ਪ੍ਰੇਮੀਆਂ ਦੇ ਲਈ ਬਹੁਤ ਵਧੀਆ ਹੈ ਰੋਪੜ ਦੇ ਵਿੱਚ ਮੈਂ ਇਸ ਸਮੇਂ ਖੜਾ ਹਾਂ ਬਰਡ ਵਾਚ ਸੈਂਟਰ ਦੇ ਸਾਹਮਣੇ ਔਰ ਇਹ ਬਰਡ ਵਾਚ ਸੈਂਟਰ ਰੋਪੜ ਕੀ ਆਲੇ ਦੋਲੇ ਦੇ ਜਿੰਨਾ ਵੀ ਸਾਡਾ ਏਰੀਆ ਹੈ ਇਸ ਤੇ ਲਈ ਇੱਕ ਬਹੁਤ ਵੱਡੀ ਚੀਜ਼ ਹੈ ਇਹ ਹਰ ਤਰ੍ਹਾਂ ਦਾ ਪੰਛੀ ਆਉਂਦਾ ਇੱਥੇ ਔਰ ਖਾਸ ਤੌਰ ਤੇ ਆ ਜਿਹੜਾ ਨਵੰਬਰ ਤੋਂ ਸ਼ੁਰੂ ਹੋ ਜਾਂਦੇ ਪੰਛੀਆਂ ਦਾ ਆਗਮਨ ਹੋਣਾ ਸ਼ੁਰੂ ਹੁੰਦਾ ਬਾਕੀ ਗੱਲਾਂ ਅਸੀਂ ਅੰਦਰ ਜਾ ਕੇ ਕਰਾਂਗੇ ਤੁਹਾਨੂੰ ਬਰਡਸ ਵਾਚ ਸੈਂਟਰ ਦਿਖਾਣੇ ਆ ਔਰ ਇਹ ਬਣਾਇਆ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੈ ਔਰ ਖਾਸ ਤੌਰ ਤੇ ਇਸ ਦੀ ਗੱਲ ਹੈ ਕਿ ਇਹ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਤੇ ਹੈ ਬੀਇੰਗ ਸਤਲੁਜ ਦਰਿਆ ਦੇ ਕੰਡੇ ਤੇ ਹੋਣ ਦੇ ਨਾਤੇ ਇੱਥੇ ਪੰਛੀਆਂ ਦਾ ਆਗਮਨ ਬਹੁਤ ਜ਼ਿਆਦਾ ਹੈ ਔਰ ਐਸੀ ਪੀਸਫੁਲ ਜਗ੍ਹਾ ਹੈ ਇੰਨੀ ਸ਼ਾਂਤੀ ਇਸ ਜਗ੍ਹਾ ਦੇ ਵਿੱਚ ਕਿ ਜੇਕਰ ਤੁਸੀਂ ਧਿਆਨ ਦੇ ਉਤੇ ਪੰਛੀਆਂ ਦੀਆਂ ਆਵਾਜ਼ਾਂ ਜਿਹੜੀਆਂ ਬੜੀਆਂ ਆਸਾਨੀ ਨਾਲ ਸੁਣ ਸਕੋਗੇ ਪੰਛੀਆਂ ਦਾ ਚਹਿਚਹਾਣਾ ਪੰਛੀਆਂ ਦੀ ਚਰਪਿੰਗ ਜਿਹੜੀ ਹੈ ਉਹ ਬਹੁਤ ਆਸਾਨੀ ਨਾਲ ਸੁਣਾਈ ਦਿੰਦੀ ਹੈ ਬਰਡ ਵਾਚ ਸੈਂਟਰ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਏ ਕਲਾਸ ਲੋਕੇਸ਼ਨ ਹੈ ਕਾਰਨ ਇਹ ਸਤ루ਜ ਦੇ ਕੰਡੇ ਤੇ ਔਰ ਸ਼ਿਵਾਲਿਕ ਦੀਆਂ ਪਹਾੜੀਆਂ ਵੀ ਬੜੀ ਬਿਲਕੁਲ ਨਜ਼ਦੀਕ ਹੈ ਜਿਹੜੇ ਰੋਪੜ ਦੇ ਵਿੱਚ ਨਹੀਂ ਰਹਿੰਦੇ ਕਿਸੇ ਹੋਰ ਸ਼ਹਿਰ 'ਚ ਰਹਿੰਦੇ ਆ ਉਹਨਾਂ ਨੂੰ ਨਿਯੋਤਾ ਸਦਾ ਪੱਤਰ ਹੈ ਕਿ ਰੋਪੜ ਦੇ ਬਰਡ ਵਾਚ ਸੈਂਟਰ 'ਚ ਜ਼ਰੂਰ ਆਓ ਖਾਸ ਸੌਰਤੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਦੇਖੋ ਬੱਚਿਆਂ ਨੂੰ ਅਸੀਂ ਮਾਲਸ ਵਗੈਰਾ ਦੇ ਵਿੱਚ ਲੈ ਜਾਂਦੇ ਆਂ ਔਰ ਸ਼ੋਪਿੰਗ ਮਾਲਸ ਦੇ ਵਿੱਚ ਦਿਖਾਣੇ ਆਂ ਲੇਕਿਨ ਕੁਦਰਤ ਦੇ ਨਜ਼ਾਰੇ ਨੇਚਰ ਦੇ ਨਾਲ ਜੋੜ ਕੇ ਰੱਖਣਾ ਸਾਡਾ ਵੱਡਿਆਂ ਦਾ ਫਰਜ਼ ਹੈ ਇਸ ਕਰਕੇ ਬਸ ਜੋ ਵੀ ਵਹੀਕਲ ਹੈ ਬੱਸ ਤੇ ਆਓ ਕਾਰ ਤੇ ਆਓ ਬੜੇ ਆਰਾਮ ਨਾਲ ਰੋਪੜ ਚੰਡੀਗੜ੍ਹ ਤੋਂ 40 ਕਿਲੋਮੀਟਰ ਦੂਰ ਹੈ ਔਰ ਨਵਾਂ ਸ਼ਹਿਰ ਤੇ ਚੰਡੀਗੜ੍ਹ ਦੇ ਵਿੱਚਕਾਰ ਪੈਂਦੀ ਲੋਕੇਸ਼ਨ ਬਾਕੀ ਬਰਡ ਵਾਚ ਸੈਂਟਰ ਦੀ ਲੋਕੇਸ਼ਨ ਜਿਹੜੀ ਅਸੀਂ ਪਾ ਦਿੱਤੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਕਲਿੱਕ ਕਰੋ ਰੋਪੜ ਦਾ ਬਰਡ ਵਾਚ ਸੈਂਟਰ ਆਪ ਦੇਖਣ ਲਈ ਆਓ ਤੇ ਆਪਣੇ ਦੋਸਤਾਂ ਮਿੱਤਰਾਂ ਤੇ ਪਰਿਵਾਰ ਦੇ ਮੈਂਬਰਸ ਖਾਸ ਕਰਕੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਇੱਥੇ ਬਣੇ ਰਹੋ ਅਖੀਰ ਤੱਕ ਬਹੁਤ ਕੁਝ ਦਿਖਾਵਾਂਗੇ ਤੁਹਾਨੂੰ ਕਿੱਦਾਂ ਦਾ ਬਣਿਆ ਕਿਸ ਤਰ੍ਹਾਂ ਦੀ ਇਹ ਇਹਨਾਂ ਦੀ ਕੰਸਟ੍ਰਕਸ਼ਨ ਹੈ ਔਰ ਕਿਸ ਤਰੀਕੇ ਨਾਲ ਇਸ ਨੂੰ ਇਕੋ ਫ੍ਰੈਂਡਲੀ ਰੱਖਿਆ ਹੋਇਆ ਹੈ ਇਹ ਸਾਰਾ ਕੁਝ ਤੁਹਾਨੂੰ ਇਸ ਵਲੌਗ ਦੇ ਵਿੱਚ ਦੇਖਣ ਲਈ ਮਿਲੇਗਾ ਇਸ ਦੀ ਕੰਸਟਰਕਸ਼ਨ ਦਾ ਆਈਡੀਆ ਬੜਾ ਵਧੀਆ ਬੜਾ ਇਕੋ ਫ੍ਰੈਂਡਲੀ ਤਰੀਕੇ ਨਾਲ ਬਣਾਇਆ ਗਿਆ ਇਹ ਆਇਰਨ ਦੀ ਪੂਰੀ ਰੇਲਿੰਗ ਬਣਾਈ ਗਈ ਹੈ ਔਰ ਨੀਚੇ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 10 12 ਫੁੱਟ ਉੱਚਾ ਚੱਕਿਆ ਹੋਇਆ ਜ਼ਮੀਨ ਤੋਂ ਤਾਂ ਜੋ ਇਸ ਜਗ੍ਹਾ ਦੀ ਜਿਹੜੀ ਹੈ ਇਕੋ ਸਿਸਟਮ ਖਰਾਬ ਨਾ ਹੋ ਸਕੇ ਪੰਛੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਾ ਹੋਵੇ ਅਤੇ ਕੁਦਰਤੀ ਜੀਵ ਜੰਤੂ ਜਿਹੜੇ ਹਨ ਉਹ ਆਸਾਨੀ ਨਾਲ ਇੱਥਾਂ ਘੁੰਮ ਸਕਣ ਨੇਚਰ ਦੀ ਕਿਸੇ ਵੀ ਚੀਜ਼ ਨੂੰ ਛੇੜਿਆ ਨਹੀਂ ਗਿਆ ਤੁਸੀਂ ਸਾਹਮਣੇ ਦੇਖ ਸਕਦੇ ਜੀ ਇੱਧਰ ਕੈਮਰਾ ਪਾ ਕੇ ਦਿਖਾਓ ਹਰੇਕ ਚੀਜ਼ ਕੁਦਰਤ ਦੀ ਜਿਹੜੀ ਖੂਬੀ ਤਰੀਕੇ ਨਾਲ ਉਸ ਤਰ੍ਹਾਂ ਹੀ ਮੇਨਟੇਨ ਕੀਤੀ ਹੋਈ ਹੈ ਕੋਈ ਵੀ ਰੁੱਖ ਕੋਈ ਵੀ ਪੇੜ ਕੋਈ ਵੀ ਦਰਖਤ ਜਿਹੜਾ ਹੈ ਕਟਿਆ ਨਹੀਂ ਗਿਆ ਔਰ ਕਿਸੇ ਪ੍ਰਕਾਰ ਦੀ ਹੋਰ ਕੋਈ ਛੇੜਛਾੜ ਨਹੀਂ ਕੀਤੀ ਗਈ ਇਹ ਜਗ੍ਹਾ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਦੀ ਹੈ ਨਿੱਜੀ ਤੌਰ ਤੇ ਮੈਨੂੰ ਇਸ ਕਰਕੇ ਵਧੀਆ ਲੱਗਦੀ ਹੈ ਕਿ ਕੁਦਰਤ ਨਾਲ ਪਿਆਰ ਹੈ ਮੇਰਾ ਔਰ ਜਿਹੜੇ ਵੀ ਕੁਦਰਤ ਨਾਲ ਪਿਆਰ ਕਰਦੇ ਨੇ ਉਹ ਸਮਝਦੇ ਨੇ ਕਿ ਇਕੋ ਫ੍ਰੈਂਡਲੀ ਟੂਰਿਜ਼ਮ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੁੰਨ ਤਾਂ ਬਹੁਤ ਅੱਛਾ ਲੱਗਦਾ ਹੈ। ਇਹਦੀ ਕੰਸਟ੍ਰਕਸ਼ਨ ਇਹ ਤੁਸੀਂ ਹੇਠਾਂ ਦੇਖ ਸਕਦੇ ਜੀ ਇੱਥੇ ਕੈਮਰਾ ਦਿਖਾਓ। ਆ ਇੱਥੇ ਕੈਮਰਾ ਪਾਓ ਇਹਦੇ ਉੱਤੇ। ਹਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਵੁੱਡਨ ਜਿਹੜੇ ਹੈ ਪਲੈਂਕਸ ਲਗਾਏ ਹੋਏ ਐ ਔਰ ਇਹਨਾਂ ਵੁੱਡਨ ਪਲੈਂਕਸ ਦੇ ਉੱਤੇ ਚੱਲਣ ਲੱਗਿਆਂ ਬੜਾ ਕੰਫਰਟ ਜਿਹਾ ਮਹਿਸੂਸ ਹੁੰਦਾ ਔਰ ਕਿਸੇ ਪ੍ਰਕਾਰ ਦਾ ਕੋਈ ਪਲਾਸਟਿਕ ਦੀ ਚੀਜ਼ ਨਹੀਂ ਇੱਥੇ ਲਗਾਈ ਗਈ। ਦੇਖੋ ਜਿਹੜੀ ਚੀਜ਼ ਵਧੀਆ ਕੀਤੀ ਗਈ ਹੈ ਉਹ ਤਾਂ ਹੈ ਹੀ ਵਧੀਆ ਉਹਦੇ ਬਾਰੇ ਦੱਸਣਾ ਫਰਜ਼ ਬਣਦਾ ਮੇਰਾ ਕੰਸਟ੍ਰਕਸ਼ਨ ਜਿਹੜੀ ਹੈ ਇਹਨੂੰ ਬਣਾਉਣ ਦਾ ਤਰੀਕਾ ਜਿਹੜਾ ਹੈ ਬਹੁਤ ਸ਼ਾਨਦਾਰ ਹੈ ਰੋਪੜ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਦਾ ਹੋਣਾ ਸਾਡੇ ਲਈ ਬਹੁਤ ਵੱਡੀ ਚੀਜ਼ ਹੈ ਔਰ ਮੈਂ ਫਿਰ ਇੱਕ ਕਰਦਾ ਕਿ ਇਹ ਵਲੌਗ ਅਸੀਂ ਕਿਉਂ ਬਣਾਇਆ ਕਿ ਮੇਰੇ ਇੱਕ ਮਿੱਤਰ ਰੋਪੜ 'ਚ ਹੀ ਰਹਿੰਦੇ ਆ ਬੜੇ ਪੁਰਾਣੇ ਰਹਿੰਦੇ ਆ ਉਹ ਪਿਛਲੇ ਸੰਡੇ ਆਏ ਇੱਥੇ ਔਰ ਉਹ ਦੇਖ ਕੇ ਹੈਰਾਨ ਰਹਿ ਗਏ ਵੀ ਇੰਨੀ ਵਧੀਆ ਚੀਜ਼ ਹੈ ਤੇ ਮੇਰੇ ਮਨ ਚ ਆਇਆ ਕਿ ਰੋਪੜ ਦੇ ਬੜੇ ਲੋਕਾਂ ਨੇ ਹਜੇ ਵੀ ਇਹ ਜਗ੍ਹਾ ਦੇਖੀ ਨਹੀਂ ਹੋਣੀ ਇਸ ਕਰਕੇ ਬਣਾ ਲਈ ਇਹਦਾ ਵਲੌਗ ਬਣਾ ਦਈਏ ਵੈਸੇ ਵੀ ਵੀ ਆਰ ਵਰਕਿੰਗ ਔਨ ਕਨੈਕਟਿੰਗ ਪੀਪਲ ਕਲਚਰ ਐਂਡ ਹੈਰੀਟੇਜ ਸਾਡਾ ਫਰਜ਼ ਹੈ ਇਹ ਚੀਜ਼ਾਂ ਦਿਖਾਣੀਆਂ ਪੰਛੀ ਸਾਡੇ ਹੈਰੀਟੇਜ ਦਾ ਹਿੱਸਾ ਹੈ ਰੁੱਖ ਸਾਡੇ ਹੈਰੀਟੇਜ ਦਾ ਹਿੱਸਾ ਹੈ ਰੁੱਖਾਂ ਤੇ ਪੰਛੀਆਂ ਦੇ ਉੱਤੇ ਬਹੁਤ ਕੁਝ ਲਿਖਿਆ ਗਿਆ ਹੈ ਕਵਿਤਾਵਾਂ ਬਹੁਤ ਲਿਖੀਆਂ ਗਈਆਂ ਕਵੀਆਂ ਨੇ ਬਹੁਤ ਕੁਝ ਲਿਖਿਆ ਹੈ ਮਹਾਪੁਰਸ਼ਾਂ ਨੇ ਬਹੁਤ ਕੁਝ ਲਿਖਿਆ ਹੈ ਔਰ ਬਾਣੀ ਦੇ ਵਿੱਚ ਵੀ ਰੁੱਖਾਂ ਤੇ ਪਾਣੀ ਧਰਤੀ ਦੇ ਪ੍ਰਤੀ ਬਹੁਤ ਕੁਝ ਲਿਖਿਆ ਹੈ ਇਸ ਕਰਕੇ ਇੱਥੇ ਆ ਕੇ ਸਕੂਨ ਮਿਲਦਾ ਤੁਹਾਨੂੰ ਵੀ ਮਿਲੇਗਾ ਯਕੀਨ ਕਰਿਓ ਇਹ ਜਗ੍ਹਾ ਇੰਨੀ ਵਧੀਆ ਹੈ ਸਰਦੀਆਂ ਦੇ ਵਿੱਚ ਖਾਸ ਤੌਰ ਤੇ ਪੰਛੀ ਤਾਂ ਦੇਖਣ ਨੂੰ ਮਿਲਣਗੇ ਮਿਲਣਗੇ ਧੁੱਪੋ ਵੀ ਬਹੁਤ ਵਧੀਆ ਹੁੰਦੀ ਹੈ ਸਰਾਰੀ ਧੁੱਪ ਦੇਕਰ ਦਾ ਆਨੰਦ ਲੈਂਦੇ ਤੇ ਦਿਲ ਕਰੇ ਨਾ ਤਾਂ ਇਸ ਬਰਡ ਵਾਚ ਸੈਂਟਰ ਤੇ ਆ ਕੇ ਪਹੁੰਚੋ ਕੁੱਲ ਇਹ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਸਤ루ਜ ਦਾ ਨਜ਼ਾਰਾ ਔਰ ਪਰਲੇਪਸੀ ਸ਼ਿਵਾਲਿਕ ਦੀਆਂ ਪਹਾੜੀਆਂ ਔਰ ਇਹ ਸਾਰੀ ਰੇਲਿੰਗ ਜਿਹੜੀ ਹੈ ਬੜੀ ਸੋਹਣੀ ਬਣਾਈ ਹੋਈ ਹੈ ਰਾਉਂਡ ਸ਼ੇਪ ਦੇ ਵਿੱਚ ਇਸ ਨੂੰ ਬਣਾਇਆ ਗਿਆ ਤੇ ਸਤ루ਜ ਸਾਹਮਣੇ ਦਿਖਾਈ ਦੇ ਰਿਹਾ ਪੰਛੀ ਦਿਖਾਈ ਦੇ ਰਹੇ ਆ ਔਰ ਖਾਸ ਤੌਰ ਤੇ ਜਿਹੜਾ ਹੈ ਸ਼ਿਵਾਲਿਕ ਹिल्स ਦਾ ਨਜ਼ਾਰਾ ਇਹਦੇ ਵਿੱਚੋਂ ਦੇਖਣ ਨੂੰ ਮਿਲ ਰਿਹਾ ਪਰ ਦਿਖਾਈ ਦੇ ਰਹੀਆਂ ਇੱਥੇ ਰੁੱਖਾਂ ਦੇ ਉੱਤੇ ਇੱਕ ਛੋਟੀ ਜੀ ਮੈਂ ਕਵਿਤਾ ਵੀ ਲਿਖੀ ਸੀ ਉਹਦੀਆਂ ਕੁਝ ਸਤਰਾਂ ਤੁਹਾਨੂੰ ਸੁਣਾਉਣਾ ਕਿਉਂਕਿ ਕੁਦਰਤ ਦੇ ਨਜ਼ਾਰਿਆਂ ਦੇ ਵਿੱਚ ਆ ਕੇ ਜਿਹੜਾ ਨਾ ਉਹ ਅੰਦਰ ਦਾ ਕਵੀ ਜਾਗ ਉੱਠਦਾ ਕੌਣ ਕਹੇ ਰੁੱਖ ਇਸ਼ਕ ਨਹੀਂ ਕਰਦੇ ਇਹ ਤਾਂ ਇਸ਼ਕ ਸਦੀਵੀ ਕਰਦੇ ਇਹ ਨਾ ਕਦੇ ਵੀ ਹਰਦੇ ਇੱਕ ਦੂਜੇ ਨੂੰ ਲੈਣ ਕਲਾਵੇਂ ਇੱਕ ਦੂਜੇ ਤੇ ਮਰਦੇ ਸੌਣ ਮਹੀਨੇ ਜੋਬਨ ਚੜਦਾ ਹਰ ਟਾਣੀ ਕਰੇ ਸ਼ਿੰਗਾਰ ਚੇਤਰ ਅਤੇ ਸੌਣ ਦੋਨਾਂ ਮਹੀਨਿਆਂ ਚ ਜਿਹੜੇ ਨਾ ਜੋਬਨ ਚੜਦਾ ਇਹ ਦਰਖਤ ਜਿਹੜੇ ਆ ਇਹ ਪੁੰਗਰਦੇ ਆ ਚੇਤ ਮਹੀਨੇ ਜੋਬਨ ਚੜਦਾ ਹਰ ਟਾਣੀ ਕਰੇ ਸ਼ਿੰਗਾਰ ਹਵਾ ਸ਼ੂਕ ਦੀ ਜਦ ਵੀ ਚੱਲਣ ਛਿੜ ਜਾਵਣ ਮਲਹਾਰ ਪੱਤਿਆਂ ਦੀ ਖੜਖੜ ਜਾਪੇ ਜਿਉ ਇਹਨੇ ਆਹਾਂ ਪਰਦੇ ਕੌਣ ਕਹੇ ਰੁੱਖ ਇਸ਼ਕ ਨਹੀਂ ਕਰਦੇ ਇਹ ਤਾਂ ਇਸ ਦੇਵੀ ਕਰਦੇ ਇਹਨਾਂ ਕਦੇ ਵੀ ਹਰਦੇ ਬਈ ਕਿੱਦਾਂ ਦੀ ਲੱਗੀ ਕਵਿਤਾ ਛੋਟੀ ਜੀ ਲਿਖੀ ਸੀਗਾ ਲਿਖੀ ਕਾਫੀ ਵੱਡੀ ਹੈ ਪਰ ਜਗਾ ਦਿਖਾਣ ਆਏ ਤੁਹਾਨੂੰ ਕਵਿਤਾ ਦਾ ਇਹ ਮੁਖੜਾ ਜੇ ਅੱਛਾ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਬਣੇ ਰਿਹਾ ਖੀਰ ਤੱਕ ਬਹੁਤ ਕੁਝ ਦਿਖਾਵਾ ਗਿਆ ਹਜੇ ਵੀ ਬਰਡ ਵਾਚਰ ਸੈਂਟਰ ਦੇ ਵਿੱਚ 3-4 ਟਾਵਰਸ ਬਣਾਏ ਹੋਏ ਆ ਬਰਡ ਵਾਚਰਸ ਦੇ ਲਈ ਇਹ ਟਾਵਰਸ 3 ਜਾਂ 4 ਚਾਰ ਟਾਵਰਸ ਬਣਾਏ ਹੋਏ ਆ ਔਰ ਇਹਨਾਂ ਟਾਵਰਸ ਦੀ ਖਾਸ ਗੱਲ ਹੈ ਕੀਨਾ ਉੱਤੇ ਚੜ ਕੇ ਜਿਹੜਾ ਹੈ ਤੁਸੀਂ ਪੂਰਾ 뷰 ਦੇਖ ਸਕਦੇ ਆ ਤੁਹਾਨੂੰ ਅਸੀਂ 뷰 ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਜਿਹੜੀ ਹੈ ਇਹ ਜਗਾ ਹੈ ਔਰ ਖਾਸ ਗੱਲ ਇਹ ਹੈ ਕਿਨਾ ਟਾਵਰਡਸ ਦਾ ਹੋਣਾ ਜੇਕਰ ਤੁਸੀਂ ਇਹਨਾਂ ਟਾਵਰਡਸ ਦੇ ਉੱਤੇ ਚੜੋਗੇ ਤਾਂ ਤੁਹਾਨੂੰ ਪੂਰਾ ਕੁਦਰਤ ਦਾ ਜਲ ਹੈ ਆਨੰਦ ਮਿਲੇਗਾ ਕੁਦਰਤ ਦਾ ਨਜ਼ਾਰਾ ਮਿਲੇਗਾ ਮੇਰੇ ਬੈਕ ਸਾਈਡ ਤੇ ਇੱਕ ਟਾਵਰ ਹੈ ਅਸੀਂ ਚੱਲਦੇ ਹਾਂ ਉਸ ਟਾਵਰ ਨੂੰ ਦਿਖਾਣੇ ਆ ਤੁਹਾਨੂੰ ਇਕ ਹੋਰ ਗੱਲ ਦਸੀਏ ਕਿ ਇਸ ਜਗ੍ਹਾ ਦੀ ਖਾਸੀਅਤ ਇੱਕ ਬਹੁਤ ਵੱਡੀ ਹੈ ਕਿ ਹਰੇਕ ਤਰ੍ਹਾਂ ਦੇ ਰੁੱਖ ਮਿਲਦੇ ਆਂ। ਜਾਮਨ ਇੱਥੇ ਬਹੁਤ ਆਂ, ਆਂਬ ਬਹੁਤ ਆਂ, ਖਜੂਰ ਦੇ ਰੁੱਖ ਬਹੁਤ ਆਂ ਕਿਉਂਕਿ ਦਰਿਆ ਦੇ ਨਾਲ-ਨਾਲ ਖਜੂਰ ਤਾਂ ਬਹੁਤ ਹੀ ਲੱਗੀ ਹੋਈ ਹੈ ਨਾ। ਅਮਰੂਦ ਲੱਗਿਆ ਹੋਇਆ, ਜਮੂਏ ਬਹੁਤ ਲੱਗੇ ਹੋਏ ਆਂ ਔਰ ਹਰੜ, ਬਹੀੜਾ, ਆਮਲਾ, ਤ੍ਰਿਫਲਾ ਜਿਸ ਨੂੰ ਅਸੀਂ ਕਹਿੰਦੇ ਆਂ ਇਹ ਬਹੁਤ ਲੱਗੇ ਹੋਏ ਆਂ। ਜੇ ਬਰਸ ਦੇ ਨਾਲ-ਨਾਲ ਰੁੱਖ ਵੀ ਦੇਖਣੇ ਹੁਣ ਨਾ ਤਾਂ ਇਹ ਬੈਸਟ ਜਗ੍ਹਾ ਹੈ ਰੁੱਖਾਂ ਦਾ ਤੇ ਪੰਛੀਆਂ ਦਾ ਆਪਸ ਦੇ ਵਿੱਚ ਪੂਰਾ ਗੂੜਾ ਰਿਸ਼ਤਾ ਹੈ ਤਾਂ ਇਹ ਰਿਸ਼ਤਾ ਬਰਕਰਾਰ ਹੁੰਦਾ ਸਾਕਾਰ ਹੁੰਦਾ ਦੇਖਣਾ ਹੋਵੇ ਤਾਂ ਬਰਡ ਵਾਚ ਸੈਂਟਰ ਦੇ ਵਿੱਚ ਆ ਜਾਓ ਬਸ ਆ ਸਾਹਮਣੇ ਦੇਖੋ ਐਡਾ ਵੱਡਾ ਅਮਰੂਦ ਦਾ ਰੁੱਖ ਲੱਗਿਆ ਹੋਇਆ ਔਰ ਖਾਸ ਤੌਰ ਤੇ ਇਹ ਜਿਹੜੀ ਰੇਂਜ ਹੈ ਜਿਸ ਪਾਸੇ ਵੱਲ ਨੂੰ ਮੈਂ ਹੁਣ ਜਾ ਰਿਹਾ ਹਾਂ ਇਹ ਪੂਰੀ ਦੀ ਪੂਰੀ ਲਾਸਟ ਤੱਕ ਜਾਮਣਾ ਦੇ ਰੁੱਖ ਲੱਗੇ ਹੋਏ ਆ ਔਰ ਕਾਫੀ ਦੂਰ ਤੱਕ 1 ਨਹੀਂ ਹੈ 5 7 10 ਨਹੀਂ ਹੈ ਤਕਰੀਬਨ 20 25 ਰੁੱਖ ਜਿਹੜੇ ਅਖੀਰ ਤੱਕ ਜਾਮਣ ਦੇ ਰੁੱਖ ਲੱਗੇ ਹੋਏ ਆ ਇਹ ਇੱਕ ਖਾਸੀਅਤ ਹੈਗੀ ਹੈ ਇਸ ਬਰਡ ਵਾਚ ਸੈਂਟਰ ਦੀ ਕਿ ਇੱਥੇ ਹਰ ਤਰ੍ਹਾਂ ਦਾ ਰੁੱਖ ਮਿਲਦਾ ਹੈ ਹਰ ਤਰ੍ਹਾਂ ਦਾ ਪੰਛੀ ਤਾਂ ਮਿਲਦਾ ਹੀ ਮਿਲਦਾ ਹੈ ਹਰ ਤਰ੍ਹਾਂ ਦੇ ਰੁੱਖ ਮਿਲਣਾ ਆਲਣੇ ਵੀ ਬਹੁਤ ਹੈ ਨੇਚਰਲ ਕਿਸਮ ਦੇ ਪੰਛੀਆਂ ਦੇ ਆਪਣੇ ਬਣਾਏ ਹੋਏ ਆਲਣੇ ਜਿਹੜੇ ਹੈ ਇਸ ਜਗ੍ਹਾ ਦੇ ਵਿੱਚ ਥੋੜੇ ਜਿਹਾ ਦੂਰ ਦਿਖਦੇ ਆ ਲੇਕਿਨ ਜੇਕਰ ਧਿਆਨ ਨਾਲ ਗੌਰ ਨਾਲ ਦੇਖੀਏ ਤਾਂ ਉਹ ਸਾਰੇ ਆਲਣੇ ਸਾਨੂੰ ਇੱਥੇ ਬਖੂਬੀ ਤਰੀਕੇ ਨਾਲ ਦਿਖਾਈ ਦਿੰਦੇ ਆ ਤਿਤਲੀਆਂ ਬਟਰਫਲਾਈਜ਼ ਬੀਂਡੇ ਛੋਟੀਆਂ-ਛੋਟੀਆਂ ਚੀਜ਼ਾਂ ਪੰਛੀ ਜਿਹੜੇ ਹੈ ਉਹ ਬਹੁਤ ਦਿਖਾਈ ਦਿੰਦੇ ਆ ਬਰਡ ਵਾਚ ਸੈਂਟਰ ਦਾ ਹਰੇਕ ਕੋਨਾ ਜਿਹੜਾ ਹੈ ਹਰੇਕ ਕਾਰਨਰ ਬੜਾ ਫੋਟੋਜੈਨਿਕ ਹੈ ਬਹੁਤ ਫੋਟੋਜੈਨਿਕ ਹੈ ਤਸਵੀਰਾਂ ਖਿੱਚਣ ਦੇ ਲਈ ਨੇਚਰ ਦੇ ਨਾਲ ਜਿਹੜਾ ਹੈ ਆਪਣੇ ਆਪ ਨੂੰ ਮੰਗਲ ਕਰਨ ਦੇ ਲਈ ਤਸਵੀਰਾਂ ਲੈਣ ਦੇ ਲਈ ਯਾਦਾਂ ਬਣਾਉਣ ਲਈ ਰੁੱਖਾਂ ਦੇ ਨਾਲ ਪੰਛੀਆਂ ਦੇ ਨਾਲ ਔਰ ਇਸ ਜਗ੍ਹਾ ਦੇ ਨਾਲ ਬਣਾਉਣ ਦੇ ਲਈ ਬਹੁਤ ਵਧੀਆ ਜਗ੍ਹਾ ਮੈਨੂੰ ਬਹੁਤ ਮਨ ਲੱਗਿਆ ਉਮੀਦ ਕਰਦੇ ਹਾਂ ਕਿਉਂਕਿ ਦੇਖੋ ਸਾਡਾ ਜਿਹੜਾ ਮਕਸਦ ਹੈ ਕਿ ਇਹ ਜਗ੍ਹਾ ਨੂੰ ਦਿਖਾਣਾ ਹੈ ਸਾਡਾ ਮਕਸਦ ਇਸ ਜਗ੍ਹਾ ਨੂੰ ਦਿਖਾਣਾ ਹੈ ਔਰ ਲੋਕਾਂ ਤੱਕ ਪਹੁੰਚਾਣਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਸਾਡਾ ਇਹ ਵਲੌਗ ਚੰਗਾ ਲੱਗਿਆ ਹੋਵੇਗਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਕਰਦੇ ਰਹਾਂਗੇ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਬਹੁਤ ਵਧੀਆ ਹੁੰਗਾਰਾ ਦੇ ਰਹੇ ਹੋ ਤੁਸੀਂ ਸਾਡੇ ਹਰੇਕ ਵਲੌਗ ਨੂੰ ਸਾਡੇ ਹਰੇਕ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਰਹੇ ਹੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਜੇਕਰ ਅਸਰੇ ਹੀ ਅਸੀਂ ਲੱਗੇ ਰਹੇ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਚੰਗਾ ਵਧੀਆ ਕੰਮ ਜਿਹੜਾ ਹੈ ਕਰ ਸਕਾਂਗੇ ਤੁਹਾਡੇ ਲਈ ਹਾਂ ਤੁਹਾਡਾ ਕੋਈ ਸੁਝਾਅ ਹੋਵੇ ਤੁਹਾਡੀ ਕੋਈ ਫੀਡਬੈਕ ਹੋਵੇ ਕਮੈਂਟਸ ਦੇ ਰਾਹੀਂ ਦੱਸੋ ਕਿਸ ਤਰ੍ਹਾਂ ਦੇ ਹੋਰ ਵਲੌਗ ਤਿਆਰ ਕਰੀਏ ਕਿਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਤੁਹਾਡੇ ਸਾਹਮਣੇ ਕਰਦੇ ਰਹੀਏ ਇਹਦੇ ਪ੍ਰਤੀ ਫੀਡਬੈਕ ਖੁੱਲਕੇ ਦਿੰਦੇ ਰਹੋ ਡਿਸਕ੍ਰਿਪਸ਼ਨ ਦੇ ਵਿੱਚ ਇਸ ਵਾਰ ਮੈਂ ਆਪਣਾ ਨੰਬਰ ਵੀ ਪਾਇਆ ਹੈ ਤਾਂ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਵੀ ਮੇਰੇ ਨਾਲ ਗੱਲ ਕਰ ਸਕਦੇ ਆ ਦੱਸ ਸਕਦੇ ਆ ਸਾਨੂੰ ਕਿ ਅਸੀਂ ਕਿਸ ਤਰ੍ਹਾਂ ਦੇ ਵਲੌਗਸ ਬਣਾਈਏ ਮੈਂ ਚਾਹੁੰਦਾ ਕਿ ਇਹ ਚੈਨਲ ਸਿਰਫ ਇਹ ਨਹੀਂ ਕਿ ਤਜਿੰਦਰ ਚੋਪੜਾ ਜਾਂ ਰਜੇਸ਼ ਚੋਪੜਾ ਹੀ ਚਲਾ ਰਹੇ ਨੇ ਇਸ ਚੈਨਲ ਦੇ ਭਾਗੀਦਾਰ ਤੁਸੀਂ ਸਾਰੇ ਹੋ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਹੈ ਕਲਚਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ ਆ ਔਰ ਹੈਰੀਟੇਜ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ ਨਵੀਆਂ-ਨਵੀਆਂ ਤੇ ਪੁਰਾਣੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ ਇਸ ਦੇ ਵਿੱਚ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਰਲ ਮਿਲ ਕੇ ਚਲਾਵਾਂਗੇ ਅਸੀਂ ਅਸੀਂ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਆ ਕਿ ਜਿਹੜਾ ਨਵੇਕਲਾ ਹੋਵੇ ਜਿਹੜਾ ਅਣਗੌਲਿਆ ਰਹਿ ਗਿਆ ਹੋਵੇ ਜਿਹੜਾ ਅਨਕਵਰਡ ਹੋਵੇ ਹੋਰ ਕਿਸੇ ਨੇ ਜਿਸ ਤੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੇ ਉਪਰਾਲੇ ਨਹੀਂ ਕੀਤੇ ਅਸੀਂ ਇਹਨਾਂ ਚੀਜ਼ਾਂ ਤੇ ਉਪਰਾਲੇ ਕਰੀਏ ਇਹੀ ਸਾਡਾ ਜਿਹੜਾ ਹੈ ਉਦੇਸ਼ ਹੈ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਦੇ ਲਈ ਸ਼ੁਕਰੀਆ ਨੈਕਸਟ ਵਲੌਗ ਦੇ ਵਿੱਚ ਬੜੀ ਜਲਦੀ ਹਾਜ਼ਰ ਹੋਵਾਂਗੇ ਕੋਈ ਹੋਰ ਜਗ੍ਹਾ ਤੁਹਾਨੂੰ ਦਿਖਾਵਾਂਗੇ ਧੰਨਵਾਦ